ਅਲਸੀ ਦਾ ਪਾਊਡਰ ਆਪਾਂ ਪਹਿਲਾਂ ਹੀ ਬਣਾ ਲਿਆ ਸੀ ਅਤੇ ਕਿਵੇਂ ਅਲਸੀ ਦੀਆਂ ਪਿੰਨੀਆਂ ਬਣਾਈਆਂ ਸੀ, ਕਿੰਨੀ ਸੋਹਣੀ ਰੈਡੀ ਹੋਈ। ਲਾਸ਼ ਦੇ ਪਾਪਾ ਨੂੰ ਵੀ ਠੰਡ ਲੱਗੀ ਹੋਈ ਤਾਂ ਇਹ ਆਪਾਂ ਗੈਸ ਬੰਦ ਕਰ ਦੇਣੀ, ਫਿਰ ਵੀ ਕੜਾਈ ਬਰੀਕ ਬਰੀਕ ਕੱਟ ਕਰਕੇ ਰੱਖਣੇ ਹੈਗੇ ਆ। ਗਾਇਸ ਗੁੱਡ ਮੋਰਨਿੰਗ, ਵੈਲਕਮ ਟੂ ਮਾਈ ਅਨਦਰ ਵਲੋਗ। ਸੋ ਫਸਟ ਆਫ ਆਲ ਥੈਂਕ ਯੂ ਸੋ ਮਚ, ਤੁਸੀਂ ਮੇਰੀਆਂ ਸਾਰੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦੇ ਰਹੇ ਹਾਂ ਅਤੇ ਜੋ ਸ਼ੋਰਟਸ ਵੀਡੀਓ ਹੈਗੀਆਂ ਉਹ ਵੀ ਬਹੁਤ ਅੱਛੀਆਂ ਵਾਇਰਲ ਹੋ ਰਹੀਆਂ ਵਾ। ਸੋ ਥੈਂਕ ਯੂ ਸੋ ਮਚ, ਤੁਸੀਂ ਇੰਨਾ ਸਬਸਕ੍ਰਾਈਬ ਕਰਦੇ ਪਏ ਹੋ। ਕੀਪ ਸਪੋਰਟਿੰਗ, ਕੀਪ ਲਵਿੰਗ ਟੂ ਮਾਈ ਆਲ ਵਲੋਗਸ। ਅਤੇ ਅੱਜ ਦਾ ਸੀਨ ਕੁਛ ਇਹ ਹੈ ਕਿ ਰੁਦਰਾਂਸ਼ ਦੇ ਪਾਪਾ ਨੂੰ ਵੀ ਠੰਡ ਲੱਗੀ ਹੋਈ ਹੈਗੀ ਆ ਅਤੇ ਅੱਜ ਹੁਣ ਮੈਂ ਸੋਚਿਆ ਕਿ ਉਹਨਾਂ ਨੂੰ ਅਲਸੀ ਦੀਆਂ ਪਿੰਨੀਆਂ ਬਣਾ ਕੇ ਦੇਵਾਂ। ਫਸਟ ਵਲੌਗ ਸੀ ਉਦੋਂ ਮੈਂ ਉਹਦੇ ਵਿੱਚ ਪਾਇਆ ਸੀਗਾ ਕਿ ਮੈਂ ਅਲਸੀ ਦੀਆਂ ਪਿੰਨੀਆਂ ਬਣਾਈਆਂ ਸੀਗੀਆਂ ਅਤੇ ਉਸ ਤੋਂ ਬਾਅਦ ਮੈਂ ਕਿਹਾ ਸੀ ਜਦੋਂ ਮੈਂ ਨੈਕਸਟ ਟਾਈਮ ਦੁਬਾਰਾ ਫਿਰ ਬਣਾਊਂਗੀ ਤਾਂ ਮੈਂ ਤੁਹਾਨੂੰ ਉਹਦੀ ਰੈਸਪੀ ਜ਼ਰੂਰ ਸ਼ੇਅਰ ਕਰੂੰਗੀ ਮੈਂ ਕਿੱਦਾਂ ਕਿੱਦਾਂ ਬਣਾਈਆਂ। ਸੋ ਅੱਜ ਦਾ ਵਲੌਗ ਸੇਮ ਉਹੀ ਇਸ 'ਤੇ ਹੈਗਾ, ਯਾਨੀ ਕਿ ਅਲਸੀ ਦੀਆਂ ਕਿੱਦਾਂ ਅਸੀਂ ਬਣਾਉਂਦੇ ਹੈਗੇ ਹਾਂ। ਸੋ ਸਟੇ ਟਿਊਨ, ਪੂਰਾ ਵਲੌਗ ਐਂਡ ਤੱਕ ਜ਼ਰੂਰ ਦੇਖਣਾ, ਇੱਕ ਵੀ ਚੀਜ਼ ਮਿਸ ਨਾ ਕਰਨਾ, ਅਦਰਵਾਈਜ਼ ਤੁਹਾਡੇ ਕੋਲ ਫਿਰ ਕੋਈ ਇੱਕ ਅੱਧਾ ਸਟੈਪ ਮਿਸ ਹੋ ਜਾਏਗਾ ਨਾ ਤਾਂ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਹੈਗਾ ਮੈਂ ਕਿੱਦਾਂ ਕਿੱਦਾਂ ਬਣਾਈ ਸੀਗੀ। ਅਤੇ ਚਲੋ ਚੱਲਦੇ ਹਾਂ ਫਿਰ ਕਿਚਨ ਦੇ ਵਿੱਚ ਅਤੇ ਦੇਖਦੇ ਹਾਂ ਆਪਾਂ ਕੀ ਕਰ ਪਹਿਲਾਂ ਇਹ ਰੱਖਤੀ ਕੜਾਹੀ ਦੀ ਗੱਡੀ ਅਤੇ ਉਸ ਤੋਂ ਬਾਅਦ ਇੱਥੇ ਪਾਣੀ ਰੱਖਤਾ ਕੈਟਲ ਦੇ ਵਿੱਚ ਗਰਮ ਹੋਣ ਨੂੰ ਤਾਂ ਕਿ ਆਪਾਂ ਦੇਸੀ ਘਿਓ ਪਿਘਲਾ ਸਕੀਏ। ਦੇਸੀ ਘਿਓ ਪਿਘਲਾ ਕੇ ਫਿਰ ਆਪਾਂ ਇਹਦੇ ਵਿੱਚ ਪਾਉਂਦੇ ਹਾਂ ਫਿਰ। ਹਾਂਜੀ ਗਾਇਸ, ਤਾਂ ਹੁਣ ਤੇਲ ਹੋ ਗਿਆ ਐਨ ਗਰਮ, ਇਹ ਐਨ ਗਰਮ ਹੋ ਗਿਆ ਤਾਂ ਹੁਣ ਅਸੀਂ ਪਾ ਰਹੇ ਹਾਂ ਇਹਦੇ ਵਿੱਚ ਆਹ ਆਟਾ ਅਤੇ ਇਹਦੇ ਲਈ ਮੈਂ ਲੱਗਦਾ ਹੈ ਸਟੂਵ, ਕਿਉਂਕਿ ਮੇਰੀ ਹਾਈਟ ਇੰਨੀ ਉੱਚੀ ਨਹੀਂ ਹੈਗੀ ਕਿਉਂਕਿ ਕੜਾਹੀ ਵੱਡੀ ਹੈਗੀ ਕਾਫੀ। ਅਤੇ ਆਪਾਂ ਹੌਲੀ ਹੌਲੀ ਨਾ ਇਹਦੇ ਵਿੱਚ ਇਸ ਤਰੀਕੇ ਨਾਲ ਪਾ ਦੇਣਾ ਆਟਾ। ਆਪਾਂ ਆਟੇ ਨੂੰ ਨਾ ਭੁੰਨਣਾ ਵਾ ਅਤੇ ਗੈਸ ਕਰ ਦੇਣੀ ਹੈਗੀ ਹੈ ਐਨ ਬਿਲਕੁਲ ਸੇਮ 'ਤੇ, ਤਾਂ ਕਿ ਆਟਾ ਆਪਣਾ ਨਾ ਐਨ ਚੰਗੀ ਤਰ੍ਹਾਂ ਸਾਰਾ ਆਟਾ ਭੁੱਜ ਜਾਵੇ। ਇੱਦਾਂ ਚੰਗੀ ਤਰ੍ਹਾਂ ਇਹਨੂੰ ਆਟੇ ਨੂੰ ਇੱਦਾਂ ਮਿਕਸ ਕਰਨਾ, ਚੰਗੀ ਤਰ੍ਹਾਂ ਮਿਕਸ ਕਰਨਾ ਇੱਦਾਂ ਹੌਲੀ ਹੌਲੀ ਕਰਕੇ ਜਿੰਨਾ ਆਟਾ ਆਪਾਂ ਸਾਰਾ ਹੀ ਕਰਨਾ ਵਾ। ਤਾਂ ਹੁਣ ਆ ਦੇਖੋ ਆਟਾ ਨਾ ਨਾਲੋਂ ਨਾਲ ਭੁੱਜਿਆ ਜਾਂਦਾ ਪਿਆ ਹੈਗਾ, ਮਤਲਬ ਕਿ ਇਹਨੂੰ ਨਾ ਐਨ ਚੰਗੀ ਤਰ੍ਹਾਂ ਹਿਲਾਈ ਜਾਣਾ ਜਦ ਤੱਕ ਇਹ ਘਿਓ ਨਾ ਛੱਡਣ ਲੱਗ ਜਾਵੇ ਚੰਗੀ ਤਰ੍ਹਾਂ, ਕਿਉਂਕਿ ਆਪਾਂ ਨਾਲੋਂ ਨਾਲ ਹੀ ਹਿਲਾਉਣਾ ਵਾ। ਅਗਰ ਇੱਕ ਸਕਿੰਟ ਵੀ ਆਪਾਂ ਨਾ ਹਿਲਾਇਆ ਤਾਂ ਆਟਾ ਨੀਚੇ ਜਲ ਜਾਂਦਾ ਵਾ, ਫਿਰ ਉਹ ਸਵਾਦ ਸਾਰਾ ਕੜਕਣ 'ਤੇ ਆ ਜਾਣਾ। ਇਸੇ ਕਰਕੇ ਕੰਟੀਨਿਊਸਲੀ ਇਹਨੂੰ ਹਿਲਾਈ ਜਾਣਾ ਹਿਲਾਈ ਜਾਣਾ। ਹੁਣ ਮੈਨੂੰ ਮਤਲਬ ਇੱਦਾਂ ਵੀਡੀਓ ਬਣਾਉਣੀ ਵੀ ਬਹੁਤ ਡਿਫੀਕਲਟ ਲੱਗਦੀ ਕਿਉਂਕਿ ਇੱਕ ਹੱਥ ਨਾਲ ਫੜਿਆ ਹੋਇਆ ਅਤੇ ਇੱਕ ਹੱਥ ਨਾਲ ਇਹਨੂੰ ਹਿਲਾਉਣਾ ਵੀ ਹੈਗਾ ਵਾ। ਸੋ ਥੋੜ੍ਹਾ ਜਿਹਾ ਦੇਖ ਲਿਓ ਤੁਸੀਂ, ਅਗਰ ਤੁਹਾਨੂੰ ਬਾਕੀ ਮੇਰੀ ਮਿਹਨਤ ਚੰਗੀ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਅਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ। ਚੈਨਲ 'ਤੇ ਨਵੇਂ ਆਏ ਹਾਂ ਤਾਂ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ, ਅਸੀਂ ਤੁਹਾਨੂੰ ਮਿਲਣਗੇ ਨਾ। ਅਤੇ ਮੈਂ ਤੁਹਾਨੂੰ ਦਿਖਾ ਰਹੀ ਹਾਂ, ਦੇਖੋ ਗਾਇਸ ਹੁਣ ਇਹ ਆਟਾ ਚੰਗੀ ਤਰ੍ਹਾਂ ਭੁੱਜਿਆ ਜਾਂਦਾ ਪਿਆ ਹੈਗਾ ਵਾ ਅਤੇ ਇਹਨੂੰ ਐਂ ਹਿਲਾਈ ਜਾਣਾ ਜਦ ਤੱਕ ਇਹ ਘਿਓ ਨਾ ਛੱਡਣ ਲੱਗ ਜਾਵੇ ਚੰਗੀ ਤਰ੍ਹਾਂ। ਇਹ ਅੱਜ ਅਸੀਂ ਬਣਾ ਰਹੇ ਹੈਗੀਆਂ ਅਲਸੀ ਦੀਆਂ ਪਿੰਨੀਆਂ, ਕਿਉਂਕਿ ਠੰਡ ਦਾ ਇੰਨਾ ਤਾਂ ਕਹਿਰ ਬਣਿਆ ਹੋਇਆ ਵਾ ਅਤੇ ਜਦ ਇੰਨੀ ਠੰਡ ਦੇ ਵਿੱਚ ਆਪਾਂ ਗਰਮ ਚੀਜ਼ਾਂ ਹੀ ਨਹੀਂ ਖਾਵਾਂਗੇ ਤਾਂ ਠੰਡ ਤੋਂ ਕਿੱਦਾਂ ਬਚਾ ਕੇ ਰੱਖਿਆ ਜਾ ਸਕਦਾ ਵਾ। ਅਤੇ ਹੁਣ ਅੱਗੇ ਆਪਾਂ ਫਿਰ ਦੇਖਾਂਗੇ ਅੱਗੇ ਕੀ ਹੁੰਦਾ ਪਿਆ ਵਾ। ਹਾਂਜੀ ਗਾਇਸ, ਤਾਂ ਮੈਂ ਤਾਂ ਹੁਣ ਇੱਦਾਂ ਵਲੌਗ ਬਣਾਉਣੀ ਪਈ ਹੈਗੀ, ਵੀਡੀਓ ਵੀ ਤਾਂ ਬਣਾਉਣੀ ਜ਼ਰੂਰੀ ਹੈਗੀ ਆ, ਕੜਛੀਆਂ ਵੀ ਇਕੱਲੀਆਂ ਮਾਰਦੀਆਂ ਤੁਹਾਨੂੰ ਮੈਂ ਕੀ ਦਿਖਾਈ ਜਾਵਾਂ। ਬਹੁਤ ਡਿਫੀਕਲਟ ਹੈ ਇੱਕ ਹੱਥ ਦੇ ਨਾਲ ਵਲੌਗ ਬਣਾਉਣੇ ਅਤੇ ਇੱਕ ਹੱਥ ਦੇ ਨਾਲ ਗੈਸ 'ਤੇ ਕੰਮ ਕਰਨਾ, ਬਹੁਤ ਜ਼ਿਆਦਾ ਔਖਾ ਕੰਮ ਇਹ ਹੁੰਦਾ ਪਿਆ ਹੈਗਾ। ਕੰਟੀਨਿਊਸਲੀ ਬਣਾਉਣੀ ਆ। ਵੀਡੀਓ ਵਿੱਚ ਤੁਹਾਨੂੰ ਥੋੜ੍ਹੀ ਜਿਹੀ ਮਤਲਬ ਸ਼ੋਅ ਹੁੰਦੀ ਪਈ ਹੈਗੀ ਆ ਵੀ ਜਿੱਦਾਂ ਕੜਾਹੀ ਛੋਟੀ ਹੁੰਦੀ ਆ, ਬਟ ਐਕਚੁਅਲ ਦੇ ਵਿੱਚ ਬਾਕੀ ਬਹੁਤ ਵੱਡੀ ਆ।
ਵੀ ਨਾਲ ਕੋਈ ਹੋਣਾ ਚਾਹੀਦਾ ਨਾ ਜਿਹੜਾ ਵਲੌਗ ਵੀ ਬਣਾਈ ਜਾਵੇ ਅਤੇ ਦਿਖਾਈ ਵੀ ਜਾਵੇ ਕਿੱਦਾਂ ਕਿੱਦਾਂ ਇਹ ਚੀਜ਼ ਬਣਦੀ ਵੀ ਪਈ ਹੈਗੀ ਆ। ਇਕੱਲਿਆਂ ਨੂੰ ਹੀ ਮਿਹਨਤ ਕਰਨੀ ਪੈਂਦੀ ਹੈ। ਆਟਾ ਭੁੱਜ ਗਿਆ, ਹੁਣ ਇਹ ਹੈਗੀ ਅਲਸੀ, ਹੁਣ ਅਲਸੀ ਨੂੰ ਇਹਦੇ ਵਿੱਚ ਸਾਰਾ ਮਿਕਸ ਕਰਨਾ। ਸੋ ਹੁਣ ਜਿਹੜੀ ਅਲਸੀ ਮੈਂ ਲਿੱਤੀ ਆ ਭੁੰਨ, ਮਤਲਬ ਕਿ ਇਹ ਜਿਹੜਾ ਆਟਾ ਵੀ ਸੀਗਾ ਅਤੇ ਉਹਦੇ ਵਿੱਚ ਜਿਹੜੀ ਅਲਸੀ ਪਾਈ ਆ ਉਹ ਵੀ ਸਾਰੀ ਚੰਗੀ ਤਰ੍ਹਾਂ ਮਿਕਸ ਹੋ ਗਈ ਹੈਗੀ ਆ ਅਤੇ ਉਹਨੂੰ ਵੀ ਹੁਣ ਨਾਲ ਨਾਲ ਹਲਾਈ ਜਾਣਾ। ਅਤੇ ਪੂਰਾ 1 ਘੰਟਾ ਲੱਗ ਗਿਆ ਮੈਨੂੰ ਇਹ ਚੀਜ਼ ਦਾ ਹਲੇ ਪ੍ਰੋਸੀਜਰ ਦੇ ਵਿੱਚ, ਹਲੇ ਵੀ ਹਲੇ ਬਹੁਤ ਕੰਮ ਪਿਆ ਵਾ। ਤਾਂ ਇਹ ਆਪਾਂ ਗੈਸ ਬੰਦ ਕਰ ਦੇਣੀ, ਫਿਰ ਵੀ ਕੜਾਈ। ਸੋ ਹੁਣ ਅਲਸੀ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਹੈਗੀ ਆ ਅਤੇ ਗੈਸ ਆਪਾਂ ਕਰਤੀ ਹੈਗੀ ਔਫ, ਕਿਉਂਕਿ ਅਲਸੀ ਦਾ ਪਾਊਡਰ ਆਪਾਂ ਪਹਿਲੀ ਬਣਾ ਲਿਆ ਸੀ ਅਤੇ ਉਹਨੂੰ ਪਹਿਲੀ ਭੁੰਨਿਆ ਹੋਇਆ ਸੀ। ਮੈਂ ਤੁਹਾਨੂੰ ਵੀਡੀਓ ਦੇ ਐਂਡ 'ਤੇ ਦੱਸੂੰਗੀ ਵੀ ਕਿੱਦਾਂ ਕਿੱਦਾਂ ਸਹੀ ਤਰੀਕੇ ਨਾਲ ਮਤਲਬ ਮੈਂ ਸ਼ੁਰੂਆਤ ਕੀਤੀ ਹੈਗੀ ਆ। ਅਤੇ ਹੁਣ ਲੈਣੇ ਹੈਗੇ ਆ ਆਪਾਂ ਕਾਜੂ ਬਦਾਮ, ਜੋ ਵੀ ਤੁਸੀਂ ਡਰਾਈ ਫਰੂਟ ਪਾਉਣਾ ਵਾ ਉਹ, ਅਤੇ ਨਾਲ ਲੈਣੀ ਹੈਗੀ ਆ ਚੀਨੀ, ਯਾਨੀ ਕਿ ਉਹਨੂੰ ਮਿਕਸੀ 'ਚ ਪੀਸ ਕੇ ਆਪਾਂ ਬੂਰਾ ਖੰਡ ਬਣਾਉਣਾ ਵਾ। ਅਤੇ ਹੁਣ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ ਹੁਣ ਆਪਾਂ ਅੱਗੇ ਕੀ ਕਰਨਾ। ਜਦ ਐਨ ਗਰਮ ਹੋਈ ਪਈ ਆ ਪੱਠੀ ਵਾਂਗੂ ਅਤੇ ਇਹਨੂੰ ਹਿਲਾਉਂਦੇ ਰਹਿਣਾ ਵਾ ਜਦ ਤੱਕ ਆਪਾਂ ਬੂਰਾ ਖੰਡ ਜਾਂ ਤਾਂ ਰੈਡੀ ਕਰ ਲੈਂਦੇ ਹਾਂ ਜਾਂ ਤਾਂ ਤੁਸੀਂ ਸਾਰਾ ਮਟੀਰੀਅਲ ਰੈਡੀ ਕਰਕੇ ਫਿਰ ਉਸ ਤੋਂ ਬਾਅਦ ਇਹ ਚੀਜ਼ ਕਰੋ। ਅਤੇ ਹੁਣ ਜਦ ਤੱਕ ਇਹ ਗੈਸ ਔਫ ਵੀ ਹੈਗੀ ਆ, ਜਦ ਤੱਕ ਹਲਕਾ ਹਲਕਾ ਸੇਕ ਰਹਿੰਦਾ ਤਦ ਤੱਕ ਮੈਂ ਹੋਰ ਜਿਹੜੇ ਡਰਾਈ ਫਰੂਟ ਹੈਗੇ ਆ ਉਹਨੂੰ ਕੱਟ ਕਰਦੀ ਹੈਗੀ ਹਾਂ। ਫਿਰ ਉਸ ਤੋਂ ਬਾਅਦ ਅੱਗੇ ਆਪਾਂ ਫਿਰ ਇਹਨੂੰ ਸਾਰਾ ਮੈਨੂੰ ਮਿਕਸ ਕਰਦੇ ਹਾਂ। ਪੰਜੀਰੀ ਮੈਂ ਗੈਸ ਤੋਂ ਚੱਕ ਕੇ ਇੱਥੇ ਨੀਚੇ ਲੈ ਆਈ ਹਾਂ ਤਾਂ ਕਿ ਇੱਥੇ ਆਪਾਂ ਜਿਹੜੇ ਹੈਗੇ ਇਹਦੇ ਵਿੱਚ ਬੂਰਾ ਖੰਡ ਮਿਕਸ ਕਰ ਸਕੀਏ। ਦੇਖੋ ਹੁਣ ਮੈਂ ਇਹਨੂੰ ਜ਼ਮੀਨ 'ਤੇ ਇੱਥੇ ਰੱਖਤਾ, ਬਟ ਜ਼ਮੀਨ 'ਤੇ ਡਾਇਰੈਕਟਲੀ ਨਹੀਂ ਕਿਉਂਕਿ ਕੜਾਈ ਬਹੁਤ ਗਰਮ ਆ ਔਰ ਥੱਲੇ ਜੋ ਵੇਸਟੇਜ ਕੱਪੜੇ ਹੈਗੇ ਉਹ ਰੱਖ ਕੇ ਉਹਦੇ 'ਤੇ ਰੱਖੀ ਹੈਗੀ ਆ। ਉਹਨਾਂ ਸਾਰੇ ਕਿ ਜਦੋਂ ਹਲਕੀ ਜਿਹੀ ਠੰਡ ਹੋਣ ਲੱਗੇ ਫਿਰ ਆਪਾਂ ਬੂਰਾ ਖੰਡ 'ਚ ਮਿਕਸ ਕਰਕੇ ਰੱਖਾਂਗੇ। ਬੂਰਾ ਖਾ ਲਿਆ, ਆ ਬੂਰਾ ਖੰਡ ਲੈ ਲਿਆ ਅਤੇ ਹੁਣ ਆਪਾਂ ਮਿਕਸ ਕਰਕੇ ਦੇਖਦੇ ਹਾਂ। ਹੁਣ ਇਹਦੇ ਵਿੱਚ ਅਸੀਂ ਘੋਲ ਪਾ ਦੇਣਾ ਹੌਲੀ ਹੌਲੀ ਕਰਕੇ ਬੂਰਾ ਖੰਡ ਮਿਕਸ, ਇੱਦਾਂ ਸਾਰੇ ਕਿੱਤੇ ਨੂੰ ਹਲਾ ਹਲਾ ਕੇ ਬੂਰਾ ਖੰਡ ਪਾਉਣਾ। ਥੋੜ੍ਹਾ ਜਿਹਾ ਮੇਰੇ ਕੋਲ ਨੀਚੇ ਵੀ ਰੁੜ ਗਿਆ ਵੀਡੀਓ ਬਣਾਉਣ ਦੇ ਚੱਕਰਾਂ ਦੇ ਵਿੱਚ। ਹੁਣ ਇਹਨੂੰ ਕਰ ਲੈਣਾ ਇਹਨੂੰ ਚੰਗੀ ਤਰ੍ਹਾਂ ਹੌਲੀ ਹੌਲੀ ਮਿਕਸ, ਇੱਕੋ ਵਾਰ ਬੂਰਾ ਖੰਡ ਪਾ ਕੇ ਨਹੀਂ ਮਿਕਸ ਹੋਣਾ, ਥੋੜ੍ਹਾ ਥੋੜ੍ਹਾ ਬੂਰਾ ਖੰਡ ਹੌਲੀ ਹੌਲੀ ਕਰਕੇ ਪਾ ਕੇ ਫਿਰ ਮਿਕਸ ਹੋਣਾ। ਬਟ ਯਾਦ ਰੱਖਣਾ ਆਪਾਂ ਕਿੰਨਾ ਬੂਰਾ ਖੰਡ ਪਾਉਣਾ, ਇੱਦਾਂ ਹੌਲੀ ਹੌਲੀ ਕਰਕੇ ਨਾ ਇਹਨੂੰ ਮਿਕਸ ਕਰੀ ਜਾਣਾ ਹੌਲੀ 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 ਹੌਲੀ। ਉੱਦਾਂ ਜਿਹੜਾ ਅੰਦਰ ਰੁਦਰਾਂਸ਼ ਹੈਗਾ, ਰੁਦਰਾਂਸ਼ ਵੀ ਆਪਣੀ ਦਾਦੀ ਕੋਲ ਟਿਕ ਨਹੀਂ ਰਿਹਾ ਹੈਗਾ ਕਿਉਂਕਿ ਕਾਫੀ ਟਾਈਮ ਹੋ ਗਿਆ ਨਾ ਉਹਨੇ ਮੈਨੂੰ ਹੁਣ ਦੇਖਿਆ ਨਹੀਂ, ਤਾਂ ਹੁਣ ਉਹ ਵੀ ਕਾਲਾ ਪਿਆ ਹੋਇਆ ਵਾ। ਡਰਾਈ ਫਰੂਟ ਆਪਾਂ ਜਿਹੜਾ ਹੈਗਾ ਉਹ ਐਂਡ 'ਤੇ ਪਾਉਣਾ ਵਾ। ਮੈਂ ਸਾਰਾ ਬੂਰਾ ਖੰਡ ਮਿਕਸ ਕਰ ਲਿਆ ਸੀਗਾ ਅਤੇ ਮਤਲਬ ਬੂਰਾ ਖੰਡ ਬਣਾ ਲਿਆ ਸੀ ਚੀਨੀ ਪੀਸ ਕੇ, ਅਤੇ ਹੁਣ ਨਾ ਜਿਹੜਾ ਇੱਦਾਂ ਥਾਲੀਆਂ 'ਚ ਬਣਾ ਕੇ ਰੱਖਿਆ, ਹੁਣ ਜਿਹੜਾ ਮੈਂ ਡੱਬੇ ਦਾ ਨਾਪ ਰੱਖਿਆ ਨਾ ਉਹ ਡੱਬੇ ਦੇ ਨਾਪ ਦੇ ਵਿੱਚ ਮੈਂ ਇੱਦਾਂ ਕਰਕੇ ਰੱਖ ਰਹੀ ਹਾਂ, ਕਿਉਂਕਿ ਅੱਧਾ ਕਿਲੋ ਦੇ ਹਿਸਾਬ ਦੇ ਨਾਲ ਮੈਂ ਹੌਲੀ ਹੌਲੀ ਕਰਕੇ ਮਿਕਸ ਕਰ ਰਹੀ ਹਾਂ ਨਾ, ਤਾਂ ਹੁਣ ਉਹ ਡੱਬੇ ਦੇ ਵਿੱਚ ਮੈਂ ਇੱਦਾਂ ਟ੍ਰਾਂਸਫਰ ਕਰ ਰਹੀ ਹਾਂ ਇਸ ਤਰੀਕੇ ਨਾਲ। ਅੱਧਾ ਕਿਲੋ ਪਹਿਲਾਂ ਪਾਤਾ, ਅੱਧਾ ਕਿਲੋ ਹੁਣ ਪਾਉਣੀ ਹੈਗੀ ਆ, ਕਿਲੋ ਹੋ ਗਈ ਇੱਦਾਂ ਨਾ ਸਾਰੀ ਮਿਕਸ ਕਰ ਦੇਣੀ ਹੈ, ਸਾਰੀ ਮਿਕਸ ਹੋ ਗਈ ਹੌਲੀ ਹੌਲੀ ਹੋਣਾ ਨਾ, ਫਿਰ ਇਹਨੂੰ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਇੱਦਾਂ। ਟਾਈਮ ਤਾਂ ਬਹੁਤ ਲੱਗਦਾ ਵਾ ਇਸ ਚੀਜ਼ ਨੂੰ, ਤਾਂ ਮਤਲਬ ਰਿਜ਼ਲਟ ਐਂਡ 'ਤੇ ਬਹੁਤ ਵਧੀਆ ਹੁੰਦਾ। ਪੇਸ਼ੈਂਸ ਰੱਖਣੇ ਪੈਂਦੇ ਆ ਹਰ ਇੱਕ ਚੀਜ਼ ਨੂੰ ਨਾ ਬਣਾਉਣ ਵਾਸਤੇ, ਪੇਸ਼ੈਂਸ ਬਹੁਤ ਰੱਖਣੇ ਪੈਂਦੇ ਆ। ਇਹ ਨਹੀਂ ਕਿ ਫਟਾ ਦਫੜੀ 'ਚ ਫਟਾਫਟ ਬਣ ਜਾਵੇ ਤਾਂ ਖਾ ਲਈਏ, ਖਾਸ ਕਰ ਇਹਨੂੰ ਤਾਂ ਮਤਲਬ ਬਾਹਾਂ ਦੀ ਐਨ ਬਸ ਹੋ ਜਾਂਦੀ ਹੈਗੀ ਆ। ਪੂਰੀ ਕਿਲੋ ਮੈਂ ਪਹਿਲਾਂ ਪਾਤਾ ਸੀ, ਇੱਕ ਡੱਬਾ ਮੈਂ ਹੋਰ ਪਾਉਣਾ, ਅੱਧਾ ਕਿਲੋ ਤੱਕ
ਅੱਧਾ ਕਿਲੋ ਦਾ ਮਤਲਬ ਟੋਟਲ ਮੈਂ ਨਾ ਇਹਦੇ ਵਿੱਚ ਜਿਹੜੀ ਹੈਗੀ ਆ ਡੇਢ ਤੋਂ ਦੋ ਕਿਲੋ ਦੇ ਵਿੱਚ ਚੀਨੀ ਪਾਉਣੀ ਆ, ਬੂਰਾ ਖੰਡ ਪਾਉਣਾ ਡੇਢ ਤੋਂ ਦੋ ਕਿਲੋ ਦੇ ਵਿੱਚ। ਉਸ ਤੋਂ ਬਾਅਦ ਹਰ ਇੱਕ ਬੰਦੇ ਦੀ ਆਪਣੀ ਆਪਣੀ ਟੇਸਟ ਹੁੰਦੀ ਹੈ ਕਿ ਕਿਸ ਬੰਦੇ ਨੂੰ ਕਿੰਨਾ ਕੁ ਮਿੱਠਾ ਚਾਹੀਦਾ ਵਾ। ਲਓ ਜੀ, ਹੁਣ ਸਾਰਾ ਕੁਛ ਹੋ ਗਿਆ ਮਿਕਸ, ਬੂਰਾ ਖੰਡ, ਡਰਾਈ ਫਰੂਟ, ਸਾਰਾ ਕੁਛ ਮਿਕਸ ਹੋ ਗਿਆ। ਹੁਣ ਥੋੜ੍ਹੀ ਦੇਰ ਅੱਧੇ ਘੰਟੇ ਲਈ ਇਹਨੂੰ ਇੱਦਾਂ ਹੀ ਰੱਖਣਾ। ਉਸ ਤੋਂ ਬਾਅਦ ਫਿਰ ਇਹ ਰਹੀਆਂ ਪਿੰਨੀਆਂ ਵੱਟਣੀਆਂ, ਠੀਕ ਹੈ। ਪਿੰਨੀਆਂ ਮਤਲਬ ਪਿੰਨੀਆਂ ਵੱਟਣ ਤੋਂ ਪਹਿਲਾਂ ਥੋੜ੍ਹਾ ਜਿਹਾ ਅਸੀਂ ਚੈੱਕ ਕਰਕੇ ਦੇਖਾਂਗੇ ਵੀ ਕਿੱਦਾਂ ਦਾ ਵਾ, ਜੇ ਮਿੱਠਾ ਠੀਕ ਹੋਇਆ ਤਾਂ ਠੀਕ ਆ, ਜੇ ਹਲਕਾ ਜਿਹਾ ਘੱਟ ਲੱਗੇਗਾ ਤਾਂ ਥੋੜ੍ਹਾ ਜਿਹਾ ਹੋਰ ਮਿਕਸ ਕਰਾਂਗੇ। ਅਤੇ ਬਟ ਥੋੜ੍ਹੀ ਦੇਰ ਹਲਕੀ ਕਿ ਬਹੁਤ ਗਰਮ ਆ, ਇਸ ਕਰਕੇ ਪਿੰਨੀਆਂ ਵੱਟਣੀ ਹੋਣੀਆਂ ਹੈਗੀਆਂ। ਸੋ ਫਿਰ ਉਸ ਤੋਂ ਬਾਅਦ ਆਪਾਂ ਪਿੰਨੀਆਂ ਵੱਟਾਂਗੇ। ਪਿੰਨੀਆਂ ਵੱਟ ਕੇ ਫਿਰ ਉਹਨੂੰ ਸੈੱਟ ਹੋਣ ਲਈ ਰੱਖਣੀਆਂ, ਫਿਰ ਜਾ ਕੇ ਅਸੀਂ ਖਾਵਾਂਗੇ, ਕਿਉਂਕਿ ਹੁਣ ਰੁਦਰਾਂਸ਼ ਵੀ ਟਿਕ ਨਹੀਂ ਰਿਹਾ ਹੈਗਾ। ਹੁਣ ਮੈਨੂੰ ਉਹਦੇ ਕੋਲ ਜਾਣਾ ਪੈਣਾ ਤਾਂ ਕਿ ਮੈਂ ਉਹਨੂੰ ਆਪਣੇ ਆਪ ਨੂੰ ਦਿਖਾ ਲਵਾਂ ਕਿ ਬੰਬਾ ਇੱਥੇ ਹੀ ਆ। ਦੇਖਿਆ ਉਹਦੀ ਆਵਾਜ਼ ਆਉਂਦੀ ਪਈ ਹੈਗੀ ਆ। ਹੁਣ ਅੰਦਰ ਜਾ ਕੇ ਹੁਣ ਥੋੜ੍ਹੀ ਦੇਰ ਟਕਾ ਕੇ ਖਲਾਪ ਲਾ ਕੇ ਫਿਰ ਹੁਣ ਦੁਬਾਰਾ ਹੁੰਦੀ ਹਾਂ ਮੈਂ ਇਹਦੇ ਦੁਆਰੇ। ਤਦ ਤੱਕ ਜਿਹੜਾ ਹੈਗਾ ਵਾ ਇਹ ਥੋੜ੍ਹੀ ਠੰਡੀ ਹੋ ਜਾਵੇਗੀ, ਬਹੁਤ ਗਰਮ ਹੋ ਜਾਵੇਗੀ। ਤਾਂ ਹੁਣ ਮੈਂ ਮਿੱਠਾ ਚੈੱਕ ਕਰਾ ਤਾਂ ਆਪਣੀ ਮਦਰ ਇਨ ਲਾਅ, ਤਾਂ ਉਹ ਕਹਿੰਦੇ ਸੀ ਥੋੜ੍ਹਾ ਜਿਹਾ ਘੱਟ ਆ, ਤਾਂ ਫਿਰ ਮੈਂ ਹੁਣ ਥੋੜ੍ਹਾ ਮਿਕਸ ਕਰਕੇ ਅਤੇ ਹੁਣ ਮੈਂ ਪਿੰਨੀਆਂ ਵੱਟ ਰਹੀ ਹਾਂ ਇੱਦਾਂ ਗੋਲ ਗੋਲ। ਹੁਣ ਮੈਂ ਤੁਹਾਨੂੰ ਦਿਖਾਉਣੀ ਹਾਂ ਪਿੰਨੀਆਂ ਕਿੱਦਾਂ ਵੱਟਣੀਆਂ ਵਾ, ਅਤੇ ਚਲੋ ਫਿਰ ਦੇਖਦੇ ਹਾਂ। ਸਭ ਤੋਂ ਪਹਿਲਾਂ ਨਾ ਇੱਦਾਂ ਇੱਥੇ ਲੈਣਾ ਹੱਥ ਦੇ ਵਿੱਚ ਇੱਦਾਂ, ਇਸ ਤੋਂ ਬਾਅਦ ਨਾ ਇਹਨੂੰ ਐਂ ਹੌਲੀ ਹੌਲੀ ਦਬਾਈ ਜਾਣਾ ਇਕੱਠਾ ਕਰਕੇ ਇੱਦਾਂ, ਇਹਨੂੰ ਐਨ ਟਾਈਟ ਕਰੀ ਜਾਣਾ ਅਤੇ ਨਾ ਐਨ ਬਿਲਕੁਲ ਗੋਲ ਗੋਲ ਲੱਡੂ ਦੀ ਸ਼ੇਪ ਦੇਣੀ ਆ, ਪੂਰੀ ਲੱਡੂ ਦੀ ਸ਼ੇਪ ਐਨ ਟਾਈਟ ਕਰ ਲੈਣਾ, ਕਿਉਂਕਿ ਜੇ ਆਪਾਂ ਥੋੜ੍ਹਾ ਜਿਹਾ ਵੀ ਢਿੱਲਾ ਛੱਡਾਂਗੇ ਨਾ ਫਿਰ ਜਦੋਂ ਆਪਾਂ ਪਿੰਨੀ ਖਾਣੀ ਆ ਨਾ ਸਾਰੀ ਭੁਰਨ ਲੱਗ ਜਾ ਕਰਨੀ ਆ। ਸੋ ਇਸ ਕਰਕੇ ਇਹਨੂੰ ਐਨ ਟਾਈਟ ਕਰਨਾ ਅਤੇ ਬਿਲਕੁਲ ਲੱਡੂ ਦੀ ਸ਼ੇਪ ਦੇ ਵਿੱਚ ਬਣਾ ਕੇ ਨਾ ਇੱਦਾਂ, ਇਹ ਦੇਖੋ ਕਿੰਨੀ ਸੋਹਣੀ ਰੈਡੀ ਹੋਈ ਲੱਡੂ ਦੀ ਸ਼ੇਪ ਦੇ ਵਿੱਚ। ਅਤੇ ਇਹ ਆਪਾਂ ਇੱਥੇ ਇੱਕ ਇੱਕ ਕਰਕੇ ਇੱਦਾਂ ਰੱਖ ਦੇਣੀ ਆ ਥਾਲੀ ਦੇ ਵਿੱਚ, ਠੀਕ ਹੈ ਨਾ। ਅਗੇਨ ਫਿਰ ਇੱਦੀ ਨਾਲ ਦੇ ਨਾਲ ਆਪਾਂ ਐਂ ਮਿਕਸ ਕਰੀ ਜਾਣਾ ਵਾ, ਠੀਕ ਹੈ। ਫਿਰ ਉਸ ਤੋਂ ਬਾਅਦ ਇੱਦਾਂ ਐਂ ਲਈ ਜਾਣਾ ਹੌਲੀ ਹੌਲੀ ਨਾਲੋਂ ਨਾਲ ਇਹਨੂੰ ਐਂ ਦਬਾ ਕੇ, ਫਿਰ ਇਹਨੂੰ ਐਂ ਹਿਲਾਉਣਾ, ਫਿਰ ਐਂ ਦਬਾਉਣਾ, ਫਿਰ ਹਿਲਾਉਣਾ, ਫਿਰ ਦਬਾਉਣਾ, ਫਿਰ ਹਿਲਾਉਣਾ ਇੱਦਾਂ। ਇਹਨੂੰ ਜਿੱਦਾਂ ਐਂ ਬਾਊਂਸ ਵੀ ਆਪਾਂ ਕਰੀ ਜਾਵਾਂਗੇ ਨਾ ਉੱਦਾਂ ਵੀ ਐਨ ਟਾਈਟ ਹੋਈ ਜਾਣੀ ਆ ਅਤੇ ਆਪਣੇ ਆਪ ਉਹ ਗੁਲਾਈ ਦੀ ਸ਼ੇਪ 'ਚ ਆਈ ਜਾਣੀ ਆ, ਯਾਨੀ ਕਿ ਇੱਕਦਮ ਐਂ ਸਰਕਲ ਬਣ ਜਾਣਾ। ਇਹ ਦੇਖੋ ਐਨ ਟਾਈਟ ਐਨ ਟਾਈਟ 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 ਇਸ ਤਰੀਕੇ ਨਾਲ, ਕਿੰਨੀ ਸੋਹਣੀ ਲੱਗਦੀ ਹੈ ਸ਼ੇਪ। ਮਤਲਬ ਕਿ ਪਹਿਲੀ ਵਾਰ 'ਚ ਤਾਂ ਹੋਊਗਾ ਨਹੀਂ, ਦੋ ਤਿੰਨ ਵਾਰੀ ਪ੍ਰੈਕਟਿਸ ਕਰੂੰਗੀ ਨਾ ਤਾਂ ਜ਼ਰੂਰ ਹੋ ਜਾਣਾ ਵਾ, ਹੋਊਗੀ ਨਾ ਕਿੰਨੀ ਸੋਹਣੀ। ਅਤੇ ਇਹ ਆਪਾਂ ਰੱਖਤੀ ਇੱਥੇ। ਨੈਕਸਟ ਹੁਣ ਇੱਦੀ ਹੌਲੀ ਹੌਲੀ ਕਰਕੇ ਆਪਾਂ ਸਾਰੀਆਂ ਪਿੰਨੀਆਂ ਵੱਟ ਲਈਆਂ। ਇਹ ਸਾਰੀਆਂ ਪਿੰਨੀਆਂ ਅਸੀਂ ਵੱਟ ਲਈਆਂ ਅਤੇ ਆਹ ਦੇਖੋ ਕੁਛ ਇਸ ਤਰੀਕੇ ਨਾਲ ਅਸੀਂ ਪੇਸ਼ ਕੀਤੀਆਂ ਵਾ। ਕਮੈਂਟ ਕਰ ਦੇਖੋ, ਜ਼ਰੂਰ ਦੱਸੋ ਕਿ ਕਿੱਦਾਂ ਰਹੀਆਂ ਤੁਹਾਨੂੰ ਇਹ ਲੱਗੀਆਂ। ਤਾਂ ਹੁਣ ਮੈਂ ਤੁਹਾਨੂੰ ਦੱਸਦੀ ਹੈਗੀ ਹਾਂ, ਸਭ ਤੋਂ ਪਹਿਲਾਂ ਆਪਾਂ 1 ਕਿਲੋ ਅਲਸੀ ਲੈਣੀ ਆ, ਉਹਨੂੰ ਅੱਛੀ ਤਰ੍ਹਾਂ ਨਾਲ ਭੁੰਨ ਲੈਣਾ ਵਾ। ਜਿਹੜੀ ਦਾਣੇ ਵਾਲੀ ਅਲਸੀ ਹੁੰਦੀ ਆ ਉਹਨੂੰ ਭੁੰਨ ਕੇ 10-15 ਮਿੰਟਾਂ ਤੱਕ, ਫਿਰ ਉਹਨੂੰ ਬਾਅਦ 'ਚ ਆਪਾਂ ਰੱਖ ਦੇਣਾ ਠੰਡੀ ਹੋਣ ਲਈ, ਫਿਰ ਉਹਨੂੰ ਪੀਸ ਕੇ ਰੱਖਣਾ। ਪੀਸ ਕੇ ਉਸ ਤੋਂ ਬਾਅਦ ਫਿਰ ਆਪਾਂ ਘਿਓ ਲੈਣਾ ਹੈਗਾ, 1.5 ਕਿਲੋ ਘਿਓ ਦੇ ਵਿੱਚ ਆਪਾਂ 2 ਕਿਲੋ ਆਟਾ ਪਾਉਣਾ ਵਾ, ਉਹਨੂੰ ਅੱਛੀ ਤਰ੍ਹਾਂ ਭੁੰਨਣਾ। ਫਿਰ ਉਸ ਤੋਂ ਬਾਅਦ ਜਿਹੜੀ ਆਪਾਂ ਪੀਸੀ ਅਲਸੀ ਹੈਗੀ ਹੈ 1 ਕਿਲੋ, ਉਹਨੂੰ ਆਪਾਂ ਫਿਰ ਮਿਕਸ ਕਰਨਾ, ਉਹਨੂੰ ਮਿਕਸ ਕਰਕੇ ਦੈਨ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈਗਾ ਵਾ ਵੀ ਅੱਛੀ ਤਰ੍ਹਾਂ ਉਹਨੂੰ ਮਿਕਸ ਕਰਨ ਤਾਂ ਕਿ ਚੰਗੀ ਤਰ੍ਹਾਂ ਆਟਾ ਵੀ ਭੁੱਜ ਜਾਵੇ ਅਤੇ ਅਲਸੀ ਦਾ ਆਟਾ ਵੀ ਚੰਗੀ ਤਰ੍ਹਾਂ ਭੁੱਜ ਜਾਵੇ। ਜਦੋਂ ਭੁੱਜ ਜਾਣਾ ਦੈਨ ਉਸ ਤੋਂ ਬਾਅਦ ਆਪਾਂ ਗੈਸ ਔਫ ਕਰਕੇ ਨੀਚੇ ਲਾ ਲੈਣਾ ਵਾ, ਅਤੇ ਜਿਹੜੀ ਆਪਾਂ ਉਹਦੇ ਵਿੱਚ ਬੂਰਾ ਖੰਡ ਯਾਨੀ ਕਿ ਚੀਨੀ ਮਿਕਸ ਕਰਨੀ ਹੈਗੀ ਆ ਉਹ
ਡੇਢ ਕਿਲੋ ਜਾਂ ਮਤਲਬ ਡੇਢ ਤੋਂ ਦੋ ਕਿਲੋ ਦੇ ਵਿੱਚ ਵਿੱਚ ਅਸੀਂ ਮਿਕਸ ਕਰਨੀ ਆ, ਯਾਨੀ ਕਿ ਟੋਟਲ 3 ਕਿਲੋ ਦੀਆਂ ਅਲਸੀਆਂ ਹੋ ਗਈਆਂ ਨਾ, 2 ਕਿਲੋ ਆਟਾ ਅਤੇ 1 ਕਿਲੋ ਅਲਸੀ। 3 ਕਿਲੋ ਦੇ ਵਿੱਚ ਆਪਾਂ ਡੇਢ ਕਿਲੋ ਤੋਂ 2 ਕਿਲੋ ਦੇ ਵਿੱਚ ਵਿੱਚ ਅਸੀਂ ਬੂਰਾ ਖੰਡ ਪਾਉਣਾ, ਯਾਨੀ ਕਿ ਹਰੇਕ ਦੇ ਆਪਣੇ ਅਕੋਰਡਿੰਗ ਮਿੱਠਾ ਪਾਉਣਾ ਹੈਗਾ ਵਾ। ਅਗਰ ਕਿਸੇ ਨੂੰ ਲਾਈਟ ਮਿੱਠਾ, ਬਿਲਕੁਲ ਲਾਈਟ ਮਿੱਠਾ ਪਸੰਦ ਆ ਤਾਂ 1.5 ਕਿਲੋ ਪਾਉਣ, ਜਿਹਨੂੰ ਥੋੜ੍ਹਾ ਜਿਹਾ ਮਿੱਠਾ ਜ਼ਿਆਦਾ ਚਾਹੀਦਾ, ਹਲਕਾ ਜਿਹਾ ਚਾਹੀਦਾ, ਤਾਂ ਉਹ 2 ਕਿਲੋ ਚੀਨੀ ਪਾਉਣ। ਦੈਨ ਉਸ ਤੋਂ ਬਾਅਦ ਡਰਾਈ ਫਰੂਟ ਮਿਕਸ ਕਰਕੇ ਅਤੇ ਪਿੰਨੀਆਂ ਆਪਣੀਆਂ ਵੱਟ ਲਓ, ਅਤੇ ਤੁਹਾਡੀਆਂ ਪਿੰਨੀਆਂ ਤਿਆਰ ਆ। ਪਿੰਨੀਆਂ ਤਾਂ ਹੁਣ ਸਾਡੀਆਂ ਰੈਡੀ ਹੋ ਗਈਆਂ ਵਾ, ਅਤੇ ਜੇ ਤੁਹਾਨੂੰ ਇਹ ਪਿੰਨੀਆਂ ਵਾਕਈ ਵਧੀਆ ਲੱਗੀਆਂ, ਯਾਨੀ ਕਿ ਇਹ ਰੈਸਪੀ ਵਧੀਆ ਲੱਗੀ, ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਚੈਨਲ 'ਤੇ। ਜੇ ਨਵੇਂ ਆਏ ਆ ਤਾਂ ਇਹਨੂੰ ਸਬਸਕ੍ਰਾਈਬ ਕੀਤੇ ਬਿਨਾਂ ਬਿਲਕੁਲ ਨਹੀਂ ਜਾਣਾ, ਅਤੇ ਉਹਦੇ ਨਾਲ ਜੋ ਬੈੱਲ ਆਈਕਨ ਹੈਗਾ ਉਹਨੂੰ ਵੀ ਔਨ ਕਰ ਦੇਣਾ, ਤਾਂ ਕਿ ਮੈਂ ਜਦੋਂ ਵੀ ਕੋਈ ਵੀਡੀਓ ਅਪਲੋਡ ਕਰਾਂ ਤੁਹਾਨੂੰ ਫਟਾਫਟ ਉਹਦਾ ਨੋਟੀਫਿਕੇਸ਼ਨ ਆ ਜਾਵੇ, ਅਤੇ ਤੁਸੀਂ ਫਟਾਫਟ ਉਹਨੂੰ ਦੇਖ ਵੀ ਸਕਦੇ ਹੋ। ਸੋ ਮਿਲਾਂਗੇ ਇੱਕ ਹੋਰ ਨਵੀਂ ਵਲੌਗ ਦੇ ਨਾਲ। ਚਿਲ ਦੈਨ, ਟੇਕ ਕੇਅਰ ਐਂਡ ਬਾਏ ਬਾਏ।